हेल्थ प्लस प्रोग्राम तुहाडा सब दा स्वागत है। अज असीं तुहानूं लैके चल रहे हां वेद धाम आयुर्वेदिक सेंटर जो कि SEO 10-11 फ्रेंड्स एनक्लेव जीरकपुर मोहाली विखे है, जिथे वैदिक तरीकियां नाल सारियां गंभीर ते जटिल तो जटिल बीमारियां दा इलाज कीता जांदा है। गंभीर ते पुरानियां बीमारियां दा सफल इलाज कीता जांदा है। शुगर, पथरी दे रोग, पेट दे रोग, पेट च गैस बनना, कबज, स्त्री रोग, निसंतान, नसां दी कमजोरी, गठिया, जोड़ां दे दर्द, अस्थमा, एलर्जी, माइग्रेन, थायराइड, दिमागी तनाव, त्वचा रोग ते बालां दे चढ़न दा भी बहुत वधिया इलाज है। सारी टीम ने डॉक्टर विवेक आहूजा जी नाल गलबात कीती, जिन्हां ने सानू पथरी नाल संबंधित प्रॉब्लम्स दे बारे विस्तृत जानकारी दित्ती। आओ चलदे आं वेद धाम आयुर्वेदिक सेंटर ते करदे आं डॉक्टर विवेक आहूजा जी नाल गलबात। प्रोग्राम तुहाडा स्वागत है। अज असीं तुहानूं मिलाउण जा रहे हां डॉक्टर विवेक आहूजा जी दे नाल, जिहड़े वेदामा एक ऐसा नाम इन्हां ने क्रिएट किया जिहड़ा कि अज पंजाब, हरियाणा, हिमाचल हर जगह दे उत्ते सेवा दा केंद्र बन चुक्या हैगा। और उहदे विच चंडीगढ़ दे जिथे आपां ऑफिस बैठे हैगे हां जीरकपुर विखे हज़ारां दी गिनती दे विच पेशेंट जिहड़े हैगे इत्थों आ के लाभ उठा रहे ने। डॉक्टर विवेक जी, तुहाडा स्वागत है साडे स्पैशल शो 'च। थैंक यू जी। थैंक यू सर। ਪੰਜਾਬ ਪਲੱਸ ਦਾ ਬਹੁਤ ਬਹੁਤ ਧੰਨਵਾਦ। ਵਿਵੇਕ ਜੀ, ਜਿਸ ਤਰੀਕੇ ਦੇ ਨਾਲ ਅੱਜ ਆਪਾਂ ਗੱਲ ਕਰੀਏ ਪੱਥਰੀਆਂ ਦੀ, ਕਿਉਂਕਿ ਅੱਜ ਕੱਲ੍ਹ ਹਰ ਘਰ ਦੇ ਵਿੱਚ ਤਕਰੀਬਨ ਇੱਕ ਅੱਧਾ ਬੰਦਾ ਐਸਾ ਨਿਕਲ ਆਉਂਦਾ ਜਿਹਦੇ 'ਚ ਪੱਥਰੀਆਂ ਬਣਦੀਆਂ, ਔਰ ਉਹ ਬੰਦਾ ਬੜਾ ਕ੍ਰਿਟੀਕਲ ਕੰਡੀਸ਼ਨਾਂ 'ਚ ਜਾਂਦਾ ਹੈਗਾ। ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਸਰਜਰੀ ਕਰਾਉਣੀ ਪੈਂਦੀ ਹੈ ਜਾਂ ਲੈਪਰੋਸਕੋਪਿਕ ਸਰਜਰੀ ਲਈ ਜਾਣਾ ਪੈਂਦਾ। ਕੀ ਕਹਿਣਾ ਚਾਹੋਗੇ ਕਿ ਤੁਸੀਂ ਆਯੁਰਵੇਦ ਦੇ ਆ ਰਹੇ ਹੋ, ਮਤਲਬ ਆਯੁਰਵੇਦ ਦੇ ਵਿੱਚ ਪੱਥਰੀ ਕੀ ਚੀਜ਼ ਹੈਗੀ ਆ, ਔਰ ਇਹ ਪੱਥਰੀਆਂ ਕਿਵੇਂ ਬਣਦੀਆਂ? ਕਿਉਂਕਿ ਅਸੀਂ ਪੱਥਰ ਤਾਂ ਖਾਂਦੇ ਨਹੀਂ ਹੈ ਪਰ ਪੱਥਰੀਆਂ ਫਿਰ ਵੀ ਬਣ ਜਾਂਦੀਆਂ, ਕੀ ਕਹਿਣਾ ਚਾਹੋਗੇ? ਬਿਲਕੁਲ ਠੀਕ ਗੱਲ ਹੈ। ਜਿਹੜੀ ਪੱਥਰੀ ਵਰਡ ਹੈ ਨਾ, ਲੋਕਾਂ ਨੂੰ ਜਦੋਂ ਵੀ ਅਸੀਂ ਪੱਥਰੀ ਵਰਡ ਨੂੰ ਯੂਜ਼ ਕਰਦੇ ਹਾਂ ਤਾਂ ਲੋਕਾਂ ਨੂੰ ਦੋ ਜਗ੍ਹਾ ਦੀ ਪੱਥਰੀ ਜਨਰਲੀ ਸਮਝ ਆਉਂਦੀ ਹੈ। ਇੱਕ ਪੱਥਰੀ ਲੋਕਾਂ ਨੂੰ ਸਮਝ ਆਉਂਦੀ ਹੈ ਗੁਰਦੇ 'ਚ, ਇੱਕ ਪੱਥਰੀ ਉਹਨਾਂ ਨੂੰ ਸਮਝ ਆਉਂਦੀ ਹੈ ਪਿੱਤ ਦੀ ਥੈਲੀ 'ਚ। ਪਿੱਤ ਦੀ ਥੈਲੀ ਹੁੰਦੀ ਹੈ ਜਿਹੜੀ ਲੀਵਰ ਦੇ ਨਾਲ ਹੁੰਦੀ ਹੈ, ਉਹਦੀ ਜਿਹੜੀ ਪੇਨ ਹੈ ਉਹ ਆਪਣੀ ਵੱਖੀ ਜਿਹਨੂੰ ਆਪਾਂ ਕਹਿੰਦੇ ਹਾਂ ਰਿਬਸ ਦੇ ਬਿਲਕੁਲ ਥੱਲੇ ਹੁੰਦੀ ਹੈ। ਦੂਜੀ ਜਿਹੜੀ ਪੇਨ ਹੈ ਉਹ ਗੁਰਦਿਆਂ ਦੀ ਪੱਥਰੀ ਦੀ ਹੁੰਦੀ ਹੈ। ਗੁਰਦੇ ਆਉਂਦੇ ਹੈ ਕਿਡਨੀ, ਉਹਦੇ 'ਚ ਜਦੋਂ ਪੱਥਰੀ ਹੋ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਗੁਰਦੇ ਦੀ ਪੱਥਰੀ ਹੈ। ਇੱਕ ਪੱਥਰੀ ਹੋਰ ਵੀ ਹੁੰਦੀ ਹੈ, ਕਈ ਵਾਰੀ ਗਲੇ 'ਚ ਪੱਥਰੀ ਹੋ ਜਾਂਦੀ ਹੈ, ਉਹ ਜਨਰਲੀ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ। ਅਤੇ ਜਦੋਂ ਅਸੀਂ ਇਹ ਦੋ ਤਰ੍ਹਾਂ ਦੀ ਪੱਥਰੀ ਦੀ ਗੱਲ ਕਰਦੇ ਹਾਂ, ਚਾਹੇ ਉਹ ਗੁਰਦੇ 'ਚ ਹੈ ਚਾਹੇ ਉਹ ਪਿੱਤ ਦੀ ਥੈਲੀ 'ਚ ਹੈ, ਅਤੇ ਇਹ ਗੱਲ ਬਿਲਕੁਲ ਠੀਕ ਹੈ ਕਿ ਅਸੀਂ ਪੱਥਰ ਨਹੀਂ ਖਾਂਦੇ, ਇਹ ਪੱਥਰੀ ਆਉਂਦੀ ਕਿੱਥੋਂ ਹੈ? ਜਿਹੜੀ ਸਾਡੀ ਬੋਡੀ 'ਚ ਬਲੱਡ ਸਰਕੂਲੇਟ ਹੁੰਦਾ ਨਾ, ਉਹਦੇ 'ਚ ਕੈਲਸ਼ੀਅਮ, ਓਗਜ਼ਾਲੇਟ, ਡਿਫਰੈਂਟ ਆਇਨਸ ਹੁੰਦੇ ਹੈ। ਜਦੋਂ ਸਾਡਾ ਖੂਨ ਮੂਵ ਕਰਦੇ ਹੋਏ ਗੁਰਦੇ 'ਚੋਂ ਪਾਸ ਹੁੰਦਾ ਅਤੇ ਯੂਰੀਨ ਅਲੱਗ ਹੁੰਦਾ, ਉਸ ਟਾਈਮ ਉਹ ਕ੍ਰਿਸਟਲ ਵੀ ਅਲੱਗ ਹੁੰਦੇ ਆ ਬੋਡੀ ਤੋਂ। ਜਦੋਂ ਉਹ ਕ੍ਰਿਸਟਲ ਕਿਡਨੀ 'ਚ ਜੰਮਣਾ ਸ਼ੁਰੂ ਹੋ ਜਾਂਦੇ ਆ ਅਤੇ ਉੱਥੇ ਉਹ ਪੱਥਰ ਦਾ ਰੂਪ ਲੈ ਲੈਂਦੇ ਆ ਕੈਲਸ਼ੀਅਮ ਦੇ। ਇਹ ਸੇਮ ਉੱਦਾਂ ਹੀ ਪ੍ਰੋਸੈਸ ਹੈ ਜਿੱਦਾਂ ਅਗਰ ਆਪਾਂ ਸਮਝੀਏ ਉੱਪਰੋਂ ਪਰਬਤ ਦੇ ਉੱਤੋਂ ਪਾਣੀ ਆਉਂਦਾ, ਨਹਿਰਾਂ 'ਚ ਪਾਣੀ ਆਉਂਦਾ, ਅਤੇ ਜਿੱਥੇ ਪਾਣੀ ਰੁਕਦਾ ਉਸ ਜਗ੍ਹਾ 'ਤੇ ਮਿੱਟੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਮਿੱਟੀ ਇਕੱਠੀ ਹੁੰਦੀ ਹੈ ਉਹਦੇ 'ਤੇ ਦਬਾਅ ਪੈਂਦਾ ਰਹਿੰਦਾ, ਉਹ ਕੱਚਾ ਪੱਥਰ ਬਣ ਜਾਂਦਾ ਮਿੱਟੀ ਦਾ, ਫਿਰ ਉਹ ਹੌਲੀ ਹੌਲੀ ਦਬਾਅ ਲੈ ਕੇ ਉਹ ਵੱਡਾ ਪੱਕਾ ਪੱਥਰ ਬਣ ਜਾਂਦਾ। ਐਵੇਂ ਸਾਡਾ ਖੂਨ ਬੋਡੀ 'ਚ ਰਿਸ਼ਤਾ, ਜਦੋਂ ਕਿਡਨੀ 'ਚੋਂ ਪਾਸ ਹੁੰਦਾ ਉੱਥੋਂ ਕਿਡਨੀ ਦਾ ਗੁਰਦੇ ਦਾ ਇੱਕ ਕੰਮ ਹੈ ਕਿ ਉੱਥੋਂ ਪਿਸ਼ਾਬ ਬਣਾਉਣਾ, ਉਹਨੇ ਵੇਸਟ ਨੂੰ ਬਾਹਰ ਕੱਢਣਾ,
ਜਦੋਂ ਬਾਹਰ ਕੱਢਦਾ ਹੈ ਤਾਂ ਉੱਥੇ ਕੈਲਸ਼ੀਅਮ ਹੁੰਦੇ ਨਾਲੇ ਬਾਹਰ ਨਿਕਲਦਾ, ਓਕਸਾਲੇਟਸ ਹੁੰਦੇ ਨਾਲ ਬਾਹਰ ਨਿਕਲਦੇ ਆ। ਜਦੋਂ ਉੱਥੇ ਥੋੜ੍ਹਾ ਜਿਹਾ ਯੂਰੀਨ ਰੁਕਦਾ ਪ੍ਰੋਸੈਸ 'ਚ, ਤਾਂ ਉੱਥੇ ਉਹ ਇਕੱਠਾ ਹੋ ਕੇ ਉਹ ਪੱਥਰ ਹੌਲੀ ਹੌਲੀ ਬਣਾਉਣ ਲੱਗ ਜਾਂਦਾ। ਪਰ ਰੱਬ ਦੀ ਬੜੀ ਮਿਹਰ ਹੈ ਸਾਡੇ 'ਤੇ, ਐਸਾ ਵਧੀਆ ਸਿਸਟਮ ਬਣਾਇਆ ਰੱਬ ਨੇ ਕਿ ਇਹ ਪੱਥਰ ਹਰ ਇੱਕ ਦੀ ਬੋਡੀ ਛੋਟੇ ਛੋਟੇ ਬਣਦੇ ਹੈ, MM 'ਚ ਬਣਦੇ ਹੈ, ਮਤਲਬ ਬਿਲਕੁਲ ਮਾਈਨਿਊਟ ਉਹ ਬਣਦੇ ਹੈ। ਅਤੇ ਜਦੋਂ ਅਸੀਂ ਯੂਰੀਨ ਕਰਦੇ ਹਾਂ, ਜ਼ਿਆਦਾ ਪਾਣੀ ਪੀਂਦੇ ਹਾਂ, ਗੰਨੇ ਦਾ ਰਸ ਪੀਂਦੇ ਹਾਂ, ਜਿਹਦੇ ਕਰਕੇ ਯੂਰੀਨ ਜ਼ਿਆਦਾ ਆਵੇ, ਅਤੇ ਉਹ ਨਾਲੇ ਨਾਲੇ ਨਿਕਲਦੇ ਰਹਿੰਦੇ ਆ, ਬਣਦੇ ਆ ਸਭ ਦੀ ਬੋਡੀ 'ਚ। ਜਿਨ੍ਹਾਂ ਦੀ ਬੋਡੀ 'ਚ ਛੋਟਾ ਬਣਦਾ ਉਹ ਜਦੋਂ ਯੂਰੀਨ ਦਾ ਤੇਜ਼ ਪ੍ਰੈਸ਼ਰ ਹੁੰਦਾ ਅਤੇ ਉਹਦੇ ਨਾਲ ਨਿਕਲ ਜਾਂਦਾ। ਜਦੋਂ ਕਈ ਵਾਰੀ ਇਹ ਨਹੀਂ ਨਿਕਲ ਪਾਉਂਦਾ ਤਾਂ ਹੌਲੀ ਹੌਲੀ ਉਹ ਸਾਈਜ਼ ਵੱਧਦਾ ਰਹਿੰਦਾ। ਫਿਰ ਅਸੀਂ ਜਦੋਂ ਪੇਨ ਹੁੰਦੀ ਹੈ ਅਲਟਰਾਸਾਊਂਡ ਕਰਾਉਂਦੇ ਹਾਂ, ਸਾਨੂੰ ਪਤਾ ਲੱਗਦਾ ਜੀ 3 mm ਦਾ ਹੋ ਗਿਆ, 5 ਦਾ ਹੋ ਗਿਆ, ਮੇਰੇ 32 mm ਦਾ ਹੋ ਗਿਆ, ਮੇਰੇ 28 mm ਦਾ ਹੋ ਗਿਆ, ਉਹ ਫਿਰ ਉੱਥੇ ਆਪਣੀ ਜਗ੍ਹਾ ਬਣਾ ਲੈਂਦਾ ਫਿਕਸ। ਹੁਣ ਜਿੱਥੋਂ ਸਾਡਾ ਯੂਰੀਨ ਟੱਪਦਾ ਉਹ ਪਾਈਪ ਜਿਹੜੀ ਹੈਗੀ ਅੰਦਰੋਂ, ਉਹ 7 mm ਦੀ ਪਾਈਪ ਹੈ ਜਿਹਨੂੰ ਯੂਰੇਟਰ ਕਹਿੰਦੇ ਹਾਂ। ਸਾਡੇ 2 ਗੁਰਦੇ ਹੈਗੇ, ਗੁਰਦਿਆਂ 'ਚੋਂ 2 ਪਾਈਪ ਆਉਂਦੀਆਂ ਜਿਹਨੂੰ ਯੂਰੇਟਰ ਕਹਿੰਦੇ ਆ, ਅਤੇ ਉਹ ਸਾਡੇ ਥੱਲੇ ਥੈਲੀ 'ਚ ਆ ਜਾਂਦੀ ਹੈ, ਜਿਹਨੂੰ ਅਸੀਂ ਯੂਰੀਨ ਦਾ ਪੋਰਟ ਕਹਿੰਦੇ ਹਾਂ, ਯੂਰੀਨਰੀ ਬਲੈਡਰ। ਉਹਦੇ 'ਚੋਂ ਦੋਨੋਂ ਪਾਈਪ ਆ ਕੇ ਕਨੈਕਟ ਹੁੰਦੀ ਹੈ। ਜਿਹੜੀ ਉਹ ਪਾਈਪ ਉੱਪਰੋਂ ਗੁਰਦੇ 'ਚੋਂ ਅਤੇ ਥੱਲੇ ਬਲੈਡਰ 'ਚ ਕਨੈਕਟ ਕਰਦੀ ਹੈ, ਉਹ ਅੰਦਰੋਂ 7 mm ਦੀ ਹੈ। ਜਦੋਂ ਵੀ ਗੁਰਦੇ ਦੀ ਪੱਥਰੀ 7 mm ਤੋਂ ਵੱਧ ਜਾਂਦੀ ਹੈ ਤਾਂ ਡਾਕਟਰ ਇਹ ਕਹਿ ਦਿੰਦੇ ਆ ਕਿ ਇਹਦੀ ਸਰਜਰੀ ਕਰਨੀ ਪਏਗੀ, ਇਹਨੂੰ ਉੱਥੇ ਤੋੜਨਾ ਪਏਗਾ, ਫਿਰ ਇਹ ਪਾਈਪ ਪਿੱਛੋਂ ਅਸੀਂ ਟਪਾ ਕੇ ਅਤੇ ਇਹਨੂੰ ਬਾਹਰ ਕੱਢਾਂਗੇ। ਪਰ ਆਯੁਰਵੇਦੇ 'ਚ ਐਸੀ ਜੜੀ ਬੂਟੀਆਂ ਹੈਗੀਆਂ ਜਿਹਨੂੰ ਯੂਜ਼ ਕਰਕੇ ਅਸੀਂ ਦਵਾਈ ਦੇ ਨਾਲ ਹੀ ਉਹ ਪੱਥਰ ਨੂੰ ਤੋੜ ਦਿੰਦੇ ਹਾਂ। ਮੈਂ ਆਪਣੀ ਲਾਈਫ 'ਚ 28 mm ਦਾ ਪੱਥਰ ਬਿਨਾਂ ਓਪਰੇਸ਼ਨ ਕੀਤੇ ਕੱਢਿਆ ਹੋਇਆ, ਅਸੀਂ ਦਵਾਈ ਦਿੰਦੇ ਹਾਂ ਅਤੇ ਉਹਦੇ ਨਾਲ ਉਹ ਪੱਥਰ ਭੁਰ ਕੇ ਉੱਥੇ ਟੁੱਟਦਾ, ਛੋਟੇ ਛੋਟੇ ਟੁਕੜਿਆਂ 'ਚ ਟੁੱਟ ਜਾਂਦਾ, ਅਤੇ ਉਸ ਪਾਈਪ ਵਿੱਚੋਂ ਜਿਹੜੀ 7 mm ਦੀ ਪਾਈਪ ਹੈ ਉਸ ਰਾਹ 'ਚੋਂ ਥੱਲੇ ਆ ਜਾਂਦਾ, ਅਤੇ ਫਿਰ ਉਹ ਯੂਰੀਨ ਦੇ ਥਰੂ ਬੋਡੀ ਤੋਂ ਬਾਹਰ ਨਿਕਲ ਜਾਂਦਾ। ਇਹ ਸਿੰਪਲ ਤਰੀਕਾ ਹੁੰਦਾ। ਇਹਦੇ 'ਚ ਪੇਸ਼ੈਂਟ ਸਾਨੂੰ ਪੁੱਛਦੇ ਆ ਜੀ ਫਿਰ ਕੋਈ ਐਸੀ ਚੀਜ਼ ਜਿਹਨੂੰ ਅਸੀਂ ਘਰ ਵਰਤ ਲਈਏ ਅਤੇ ਸਾਨੂੰ ਪੱਥਰੀ ਦੀ ਦਿੱਕਤ ਨਾ ਹੋਵੇ, ਅਤੇ ਮੈਂ ਸ਼ਰੋਤਾ ਨੂੰ ਜ਼ਰੂਰ ਦੱਸਣਾ ਚਾਹਾਂਗਾ, ਪੱਥਰ ਚੱਟ ਨਾਮ ਦਾ ਇੱਕ ਪੌਦਾ ਹੁੰਦਾ। ਅਗਰ ਕਿਸੇ ਨੂੰ ਪੱਥਰੀ ਦੀ ਸ਼ਿਕਾਇਤ ਹੈ, ਉਹ ਅਗਰ ਪੱਥਰ ਚੱਟ ਦੀ 2 ਪੱਤੀਆਂ ਸਵੇਰੇ 2 ਪੱਤੀਆਂ ਸ਼ਾਮ ਨੂੰ ਲੈ ਲਏ, ਚਬਾ ਲਏ, ਸਾਰੀ ਉਮਰ ਉਹਨੂੰ ਪੱਥਰੀ ਨਹੀਂ ਹੋ ਸਕਦੀ। ਜਿਸ ਮਰੀਜ਼ ਨੂੰ ਪੱਥਰੀ ਹੁੰਦੀ ਹੁੰਦੀ ਹੈ, ਉਹਦੀ ਇੱਕ ਖਾਸੀਅਤ ਹੈ ਕਿ ਉਹਨੂੰ ਸਾਰੀ ਉਮਰ ਪੱਥਰ ਬਣਦੇ ਹੈ। ਕਿਉਂ ਬਣਦੇ ਹੈ? ਜਦੋਂ ਇੱਕ ਜਗ੍ਹਾ ਤੁਸੀਂ ਕਿਸੇ ਥਾਂ 'ਤੇ ਪੱਥਰ ਰੱਖ ਦਿੱਤਾ, ਉੱਥੇ ਖੱਡਾ ਪੈ ਜਾਂਦਾ, ਥੋੜ੍ਹਾ ਜਿਹਾ ਝੁਕਾਵ ਬਣ ਜਾਂਦਾ। ਜਦੋਂ ਵੀ ਤੁਹਾਡਾ ਯੂਰੀਨ ਕਲੀਨ ਹੁੰਦਾ ਅਤੇ ਹਰ ਵਾਰੀ ਕੈਲਸ਼ੀਅਮ ਉੱਥੇ ਜਾ ਕੇ ਬਾਰ ਬਾਰ ਡਿਪੋਜ਼ਿਟ ਹੁੰਦਾ, ਅਤੇ ਉਸ ਇਨਸਾਨ 'ਚ ਪੱਥਰ ਬਣਨ ਦੀ ਟੈਂਡੈਂਸੀ ਵੱਧ ਜਾਂਦੀ ਹੈ। ਐਵੇਂ ਹੀ ਅਗਰ ਅਸੀਂ ਇਹ ਪੱਥਰ ਚੜ੍ਹਦਾ ਪੌਦਾ ਰੈਗੂਲਰ ਪੱਤਾ ਖਾਂਦੇ ਰਹਾਂਗੇ, ਇਹ ਉਸ ਜਗ੍ਹਾ ਨੂੰ ਸਾਫ਼ ਕਰਦਾ ਰਹੇਗਾ, ਅਤੇ ਇੱਕ ਸਮੇਂ ਐਵੇਂ ਆਏਗਾ ਕਿ ਜਿਹੜਾ ਉਹ ਖੱਡਾ ਉੱਥੇ ਪਿਆ ਸੀ ਕਿਡਨੀ ਛੋਟਾ ਜਿਹਾ, ਉਹ MM 'ਚ ਹੀ ਹੁੰਦਾ, ਉਹ ਉਹਨੂੰ ਵੀ ਭਰ ਦੇਗਾ, ਅਤੇ ਅੱਗੇ ਬੋਡੀ 'ਚ ਪੱਥਰ ਬਣਨੇ ਬੰਦ ਹੋ ਜਾਣਗੇ। ਪੱਥਰੀ ਦਾ ਮਰੀਜ਼ ਕੋਈ ਵੀ ਹੈ, ਮੇਰੀ ਉਹਨੂੰ ਸਲਾਹ ਹੈ, ਓਪਰੇਸ਼ਨ ਕਰਾਉਣ ਤੋਂ ਪਹਿਲੇ ਇੱਕ ਵਾਰੀ ਸਾਨੂੰ ਜ਼ਰੂਰ ਸੰਪਰਕ ਕਰੇ। ਸਾਡਾ ਨੰਬਰ ਥੱਲੇ ਚੱਲ ਰਿਹਾ, ਮੇਰਾ ਫੇਸਬੁੱਕ ਪੇਜ ਦਾ ID ਥੱਲੇ ਹੈ, YouTube ਦੇ ਉੱਤੇ ਤੁਸੀਂ ਲਿੰਕ ਕਰ ਸਕਦੇ ਹੋ। ਇੱਕ ਵਾਰੀ ਸਾਡੀ ਸਲਾਹ ਜ਼ਰੂਰ ਲਵੇ। ਕੋਸ਼ਿਸ਼ ਕਰਾਂਗੇ ਕਿ ਉਹਨੂੰ ਗੁਰਦੇ ਦੀ ਅਗਰ ਪੱਥਰੀ ਹੈ ਤਾਂ ਉਹਨੂੰ ਸਰਜਰੀ ਕਰਵਾਉਣ ਦੀ ਜ਼ਰੂਰਤ ਨਾ ਪਵੇ। ਬਹੁਤ ਜਿੱਦੀ ਤੋਂ ਜਿੱਦੀ ਪੱਥਰ ਹੁੰਦਾ ਜਿਹੜਾ ਨਹੀਂ ਨਿਕਲਦਾ, ਉਹਨੂੰ ਵੀ ਅਸੀਂ ਇੱਕ ਵਾਰੀ 2 ਵਾਰੀ ਦਵਾਈ ਦੇ ਕੇ ਉਹਨੂੰ ਦਵਾਈ ਦੇ ਨਾਲ ਹੀ ਤੋੜ ਲੈਂਦੇ ਹਾਂ, ਅਤੇ ਆਪਣੇ ਨੈਚੁਰਲ ਰਸਤੇ 'ਚੋਂ ਉਹਨੂੰ ਬਾਹਰ ਕੱਢ ਲੈਂਦੇ ਹਾਂ, ਕੋਈ ਸਰਜਰੀ ਦੀ ਲੋੜ ਨਹੀਂ ਪੈਂਦੀ। ਸੰਪਰਕ ਜ਼ਰੂਰ ਕਰਨਾ ਚਾਹੀਦਾ, ਸਲਾਹ ਲੈਣ 'ਚ ਕੋਈ ਬੁਰਾਈ ਨਹੀਂ ਹੁੰਦੀ, ਸਲਾਹ ਦੇ ਕੋਈ ਪੈਸੇ ਵੀ ਨਹੀਂ ਹੁੰਦੇ। ਤੁਸੀਂ ਫੋਨ ਕਰੋ, ਇਸ ਗੱਲ ਦੀ ਸਲਾਹ ਲਓ, ਮਰਜ਼ੀ ਫਿਰ ਆਪ ਜੀ ਦੀ ਹੈ। ਸਰਜਰੀ ਕਰਵਾਉਣਾ ਚਾਹੁੰਦੇ ਹੋ ਜ਼ਰੂਰ ਕਰਵਾਓ। ਅਗਰ ਆਯੁਰਵੇਦ ਨਾਲ ਜੁੜਨਾ ਚਾਹੁੰਦੇ ਹੋ, ਸਰਜਰੀ ਕਰਵਾਉਣ ਤੋਂ ਪਹਿਲੇ ਇੱਕ ਮੌਕਾ ਲੈਣਾ ਚਾਹੁੰਦੇ ਹੋ ਕਿ ਅਗਰ ਮੇਰਾ ਪੱਥਰ ਨਿਕਲ ਜੇ, ਤਾਂ ਵੇਦਧਾਮ ਫਾਊਂਡੇਸ਼ਨ ਦੇ ਨਾਲ ਜ਼ਰੂਰ ਜੁੜੋ, ਮੈਨੂੰ ਪਰਸਨਲ ਫੋਨ ਕਰੋ, ਤੁਹਾਡੀ ਕਾਲ ਅਟੈਂਡ ਹੋਏਗੀ। ਦੂਜੀ ਤਰਫ ਅਗਰ ਅਸੀਂ ਗੱਲ ਕਰਨੇ ਆ ਪਿੱਤੇ ਦੀ ਪੱਥਰੀ ਦੇ ਬਾਰੇ, ਪਿੱਤੇ ਦੀ ਪੱਥਰੀ 'ਚੋਂ ਰਾਹ ਨਹੀਂ ਹੁੰਦਾ ਸਿੱਧਾ ਨਿਕਲਣ ਦਾ, ਜਿਵੇਂ ਇੱਥੇ ਯੂਰੀਨ ਦਾ ਰਾਹ ਹੈਗਾ ਬਣਿਆ ਹੋਇਆ ਨਿਕਲਣ ਦਾ, ਪਿੱਤੇ ਦੀ ਪੱਥਰੀ 'ਚ ਐਵੇਂ ਦਾ ਰਸਤਾ ਨਹੀਂ ਹੈ। ਪਰ ਆਯੁਰਵੇਦ 'ਚ ਕਾਫੀ ਜਗ੍ਹਾ 'ਤੇ ਲਿਖਿਆ ਹੋਇਆ ਪਿੱਤੇ ਦੀ ਪੱਥਰੀ ਦਾ ਇਲਾਜ, ਅਸੀਂ ਪੇਸ਼ੈਂਟਸ ਨੂੰ ਦਿੰਦੇ ਵੀ ਹਾਂ ਉਹ ਮੈਡੀਸਨਸ। ਲਗਭਗ 15-20% ਪੇਸ਼ੈਂਟਸ 'ਚ ਸਾਡੇ ਰਿਜ਼ਲਟ ਆਉਂਦੇ ਹੈ। ਗੁਰਦੇ ਦੀ ਪੱਥਰੀ 'ਚ ਸਾਨੂੰ 90-95% ਪੇਸ਼ੈਂਟਸ ਦੇ ਬੜੇ ਅੱਛੇ ਰਿਜ਼ਲਟਸ ਮਿਲਦੇ ਹੈ, ਪਰ ਪਿੱਤੇ ਦੀ ਪੱਥਰੀ 'ਚ ਜ਼ਿਆਦਾ ਅੱਛੇ ਰਿਜ਼ਲਟਸ ਨਹੀਂ ਮਿਲਦੇ। ਇਸ ਕਰਕੇ ਅਸੀਂ ਪਿੱਤੇ ਦੀ ਪੱਥਰੀ ਦੇ ਮਰੀਜ਼ ਨੂੰ ਕਹਿੰਦੇ ਹਾਂ ਕਿ ਓਪਰੇਸ਼ਨ ਕਰਵਾ ਲਏ, ਔਰ ਗੁਰਦੇ ਦੀ ਪੱਥਰੀ ਦੇ ਪੇਸ਼ੈਂਟ ਨੂੰ ਅਸੀਂ ਕਹਿੰਦੇ ਹੁੰਦੇ ਹਾਂ ਕਿ ਉਹ ਜ਼ਰੂਰ ਸਾਨੂੰ ਸੰਪਰਕ ਕਰੇ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦੀ ਪੱਥਰੀ 100% ਬਾਹਰ ਨਿਕਾਲ ਦਈਏ। ਸੰਪਰਕ ਜ਼ਰੂਰ ਕਰੋ, ਅਤੇ ਡਾਇਟ ਨੂੰ ਫੋਲੋ ਕਰੋ, ਉਹ ਚੀਜ਼ਾਂ ਨਾ ਲਓ ਜਿਹਦੇ ਕਰਕੇ ਪੱਥਰੀ ਹੁੰਦੀ ਹੈ,
ਜਿਵੇਂ ਬੀਜ ਵਾਲੀ ਕੋਈ ਵੀ ਚੀਜ਼ ਨਹੀਂ ਲੈਣੀ, ਜਿਵੇਂ ਖੀਰੇ ਦੇ ਬੀਜ ਹੈ ਖੀਰਾ ਅਵੋਇਡ ਕਰੋ, ਟਮਾਟਰ ਦੇ ਬੀਜ ਹੈ ਟਮਾਟਰ ਅਵੋਇਡ ਕਰੋ, ਐਵੇਂ ਦੀਆਂ ਚੀਜ਼ਾਂ ਨੂੰ ਛੱਡ ਦਿਓ, ਬੈਂਗਣ ਨੂੰ ਛੱਡ ਦਿਓ, ਤੁਹਾਡੀ ਪੱਥਰੀ ਬੰਨੀ ਘੱਟ ਹੋ ਜਾਏਗੀ। ਘਰੇਲੂ ਨੁਸਖੇ 'ਚ ਪੱਥਰ ਚੱਟ ਯੂਜ਼ ਕਰੋ, ਗੰਨੇ ਦਾ ਰਸ ਪੀਓ, ਜ਼ਿਆਦਾ ਪਾਣੀ ਪੀਓ, ਪੱਥਰੀ ਦੀ ਸ਼ਿਕਾਇਤ ਤੋਂ ਤੁਸੀਂ ਦੂਰ ਰਹੋਗੇ। ਡਾਕਟਰ ਸਾਹਿਬ, ਤੁਹਾਡਾ ਸਾਡੇ ਦਰਸ਼ਕਾਂ ਨੂੰ ਅਵੇਅਰ ਕਰਨ ਦੇ ਲਈ ਔਰ ਪੱਥਰ ਚੱਟ ਜਿਹੜਾ ਕਿ ਲੱਭਾਂਗੇ ਹੁਣ ਅਸੀਂ ਪੱਥਰ ਚੱਟ ਕਿੱਥੇ ਹੈਗਾ ਅਤੇ ਸਲਾਹ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਜਿਹੜੇ ਲੋਕ ਆਪਰੇਸ਼ਨ ਦੇ ਉੱਤੇ ਬੈਠੇ ਆ, ਰਿਕਮੈਂਡ ਹੈਗਾ ਆਪਰੇਸ਼ਨ, ਉਹ ਵੀ ਇੱਕ ਵਾਰ ਅਗਰ ਆ ਕੇ ਮਿਲ ਸਕਦੇ ਆ ਤੁਹਾਨੂੰ, ਅਤੇ ਕੋਈ ਜ਼ਿੰਦਗੀ ਦੇ ਵਿੱਚ ਅਗਰ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਰਿਜ਼ਲਟਸ ਬਹੁਤ ਵਧੀਆ ਨੇ ਔਰ ਰਸਤੇ ਜਿੱਥੇ ਹੈਗੇ ਆ ਉਹ ਰਸਤਿਆਂ ਦੇ ਵਿੱਚ ਦੀ, ਤੁਸੀਂ ਪਿੱਤੇ ਦੀ ਪੱਥਰੀ ਦਾ ਨਹੀਂ ਕਹਿ ਰਹੇ ਕਿਉਂਕਿ ਪਿੱਤੇ ਦੀ ਪੱਥਰੀ 'ਚ ਤਾਂ ਤੁਸੀਂ ਕਹਿ ਰਹੇ ਹੋ ਕਿ ਰਸਤੇ ਹੀ ਹੈ ਨਹੀਂ, ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।